ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਕੀ ਹਾਲ ਚਾਲ ਤੁਹਾਡਾ? ਆਸ ਕਰਦੀ ਹਾਂ ਠੀਕ ਹੋਵੋਗੇ। ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਕਿਚਨ ਮੋਨਾ ਢਿੱਲੋਂ ਕੁਕਿੰਗ ਵਲੌਗਸ ਵਿੱਚ। ਅੱਜ ਆਪਾਂ ਆਪਣੇ ਕਿਚਨ ਦੇ ਵਿੱਚ ਬਣਾ ਰਹੇ ਹਾਂ ਬਹੁਤ ਹੀ ਟੇਸਟੀ ਸਬਜ਼ੀ, ਮਸ਼ਰੂਮ ਮਸਾਲਾ, ਮਤਲਬ ਖੁੰਬਾਂ ਦੀ ਮਸਾਲੇਦਾਰ ਸਬਜ਼ੀ। ਜੇ ਤੁਸੀਂ ਮੇਰੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਜੇ ਤੱਕ ਤਾਂ ਸਬਸਕ੍ਰਾਈਬ ਕਰ ਲਓ, ਅਤੇ ਨਾਲ ਲੱਗਦਾ ਬੈਲ ਬਟਨ ਵੀ ਜ਼ਰੂਰ ਦਬਾਓ, ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਜ਼ਰੂਰ ਕਰਿਆ ਕਰੋ ਵੀਡੀਓ 'ਤੇ। ਸਭ ਤੋਂ ਪਹਿਲਾਂ ਮੈਂ ਖੁੰਬਾਂ ਲਈਆਂ, ਇਹ ਤਾਜ਼ੀਆਂ ਹੋਣੀਆਂ ਚਾਹੀਦੀਆਂ ਬਿਲਕੁਲ, ਕਿਉਂਕਿ ਬਹੁਤ ਛੇਤੀ ਖਰਾਬ ਹੁੰਦੀਆਂ ਆ, ਇਸ ਲਈ ਉਸੇ ਵੇਲੇ ਲਿਆ ਕੇ ਅਤੇ ਉਦੋਂ ਹੀ ਬਣਾ ਲੈਣੀਆਂ ਚਾਹੀਦੀਆਂ। ਇਹ ਮੈਂ 2 ਡੱਬੇ ਲਏ, ਇਹਦੇ ਵਿੱਚ ਮੈਂ ਥੋੜ੍ਹੀਆਂ ਜਿਹੀਆਂ ਰੱਖ ਲਈਆਂ ਆ, ਇਹ ਮੈਂ ਨੂਡਲਸ ਬਣਾਉਣੇ ਉਹਨਾਂ ਦੇ ਵਿੱਚ ਪਾਉਂਗੀ। ਸਭ ਤੋਂ ਪਹਿਲਾਂ ਇਹਨਾਂ ਨੂੰ ਸਾਫ਼ ਕਰਨਾ ਬਹੁਤ ਜ਼ਰੂਰੀ ਆ, ਇਹ ਸਿਰਫ ਆਟੇ ਨਾਲ ਹੀ ਸਾਫ਼ ਹੁੰਦੀਆਂ ਵਾ, ਆਟੇ ਨਾਲ ਰੱਬ ਕਰਕੇ ਇਹਨਾਂ ਨੂੰ ਸਾਫ਼ ਕਰਨਾ ਪੈਂਦਾ ਆ, ਇਹਦੇ ਨਾਲ ਬਹੁਤ ਵਧੀਆ ਸਫਾਈ ਹੁੰਦੀ ਹੈ। ਇਸ ਤਰ੍ਹਾਂ ਹੌਲੀ ਹੌਲੀ ਰੱਬ ਕਰਕੇ, ਬਹੁਤਾ ਜ਼ੋਰ ਦੀ ਨਹੀਂ ਮਲਣਾ ਇਹਨੂੰ, ਇਹਨੂੰ ਚੰਗੀ ਤਰ੍ਹਾਂ ਸਾਰੀਆਂ ਨੂੰ ਰੱਬ ਕਰ ਲੈਣਾ ਆ। ਆਟੇ ਨਾਲ ਇਹ ਬਹੁਤ ਵਧੀਆ ਸਾਫ਼ ਹੁੰਦੀਆਂ। ਹੁਣ ਆਪਾਂ ਇਹਦੇ ਵਿੱਚ ਪਾ ਲਵਾਂਗੇ ਪਾਣੀ, ਅਤੇ ਫਿਰ ਇੱਕ ਵਾਰੀ ਇਹਨਾਂ ਨੂੰ ਧੋ ਲਵਾਂਗੇ ਚੰਗੀ ਤਰ੍ਹਾਂ। ਧੋਣ ਤੋਂ ਬਾਅਦ ਇਹਨਾਂ ਦਾ ਰੰਗ ਥੋੜ੍ਹਾ ਜਿਹਾ ਡਾਰਕ ਹੋ ਜਾਂਦਾ ਆ, ਇਹ ਤੁਸੀਂ ਟੈਨਸ਼ਨ ਨਹੀਂ ਕਰਨੀ, ਇਹ ਆਪਣੇ ਬਿਲਕੁਲ ਫਰੈਸ਼ ਨੇ। ਚੰਗੀ ਤਰ੍ਹਾਂ ਇਹਨੂੰ 2-3 ਪਾਣੀ ਆਪਾਂ ਧੋ ਲੈਣਾ ਆ। ਇਹਦੇ ਹੈਲਥ ਲਈ ਵੀ ਬਹੁਤ ਬੈਨੀਫਿਟਸ ਆ, ਜਿਵੇਂ ਇਹਦੇ ਵਿੱਚ ਵਿਟਾਮਿਨ ਡੀ ਬਹੁਤ ਹੁੰਦਾ ਵਾ, ਅਤੇ ਵਿਟਾਮਿਨ B6। ਵਿਟਾਮਿਨ ਡੀ ਜਿਹੜਾ ਉਹ ਹੱਡੀਆਂ ਨੂੰ ਮਜ਼ਬੂਤ ਕਰਦਾ ਆ, ਅਤੇ ਵਿਟਾਮਿਨ B6 ਜਿਹੜਾ ਸਰੀਰ ਦੇ ਵਿੱਚ ਖੂਨ ਬਣਾਉਂਦਾ ਆ ਜ਼ਿਆਦਾ, ਇਸ ਲਈ ਇਹ ਖਾਣੀ ਬਹੁਤ ਹੀ ਜ਼ਿਆਦਾ ਵਧੀਆ ਆ। ਇਹਦੇ ਵਾਸਤੇ ਆਪਾਂ ਲਸਣ ਅਤੇ ਅਦਰਕ ਲੈ ਲਿਆ ਆ, 4-5 ਕਲੀਆਂ ਲਸਣ ਦੀਆਂ ਆ, 1 ਇੰਚ ਅਦਰਕ ਦਾ ਟੁਕੜਾ, 2 ਆਪਾਂ ਪਾ ਲਈਆਂ ਵਿੱਚ ਹਰੀਆਂ ਮਿਰਚਾਂ, ਅਤੇ 8-10 ਪਾ ਲਈਆਂ ਕਾਲੀਆਂ ਮਿਰਚਾਂ। ਇਹਨਾਂ ਨੂੰ ਆਪਾਂ ਕੁੱਟ ਕੇ ਤਿਆਰ ਕਰਾਂਗੇ। ਕੁੱਟ ਕੇ ਮਸਾਲਾ ਬਣਾਉਣ ਨਾਲ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ। ਜ਼ਿਆਦਾ ਇਹਨੂੰ ਬਰੀਕ ਕਰਨ ਦੀ ਲੋੜ ਨਹੀਂ ਹੈ, ਦਰੜ ਫੜ ਜਿਹਾ ਆਪਾਂ ਕਰ ਲੈਣਾ ਇਹਨੂੰ। ਥੋੜ੍ਹਾ ਜਿਹਾ ਪਾ ਦੇਵਾਂਗੇ ਨਮਕ, ਇਹਦੇ ਨਾਲ ਬਾਹਰ ਨੂੰ ਲਸਣ ਵਗੈਰਾ ਘੱਟ ਉਛਲਦਾ। ਜੇ ਤੁਸੀਂ ਚਾਹੋ ਤਾਂ ਕੱਟ ਕੇ ਵੀ ਪਾ ਸਕਦੇ ਹੋ ਸਾਰਾ ਕੁਛ। ਲਓ ਜੀ, ਮਸਾਲਾ ਆਪਣਾ ਹੋ ਗਿਆ ਤਿਆਰ, ਅਤੇ ਖੁੰਬਾਂ ਨੂੰ ਮੈਂ 4-4 ਹਿੱਸਿਆਂ ਦੇ ਵਿੱਚ ਕੱਟ ਕੇ ਰੱਖ ਲਿਆ ਸੀਗਾ। ਲਓ ਜੀ, ਹੁਣ ਆਪਾਂ ਲਾਵਾਂਗੇ ਤੜਕਾ। ਪਹਿਲਾਂ ਆਪਾਂ ਕਰ ਲਾਂਗੇ ਪਿਆਜ਼ ਨੂੰ ਚੋਪਰ 'ਚ ਪਾ ਕੇ ਆਪਾਂ ਚੋਪ ਕਰ ਲਵਾਂਗੇ ਚੰਗੀ ਤਰ੍ਹਾਂ ਬਰੀਕ, ਕਿਉਂਕਿ ਹੱਥ ਨਾਲ ਇੰਨਾ ਬਰੀਕ ਕੱਟਿਆ ਨਹੀਂ ਜਾਂਦਾ, ਇਸ ਲਈ ਚੋਪਰ ਨਾਲ ਹੀ ਕਰਿਓ, ਬਹੁਤ ਵਧੀਆ ਹੋ ਜਾਂਦਾ। ਇੱਕ ਕੜਾਹੀ ਦੇ ਵਿੱਚ ਆਪਾਂ ਪਾ ਲਵਾਂਗੇ ਤੇਲ, 3-4 ਚਮਚ ਤੇਲ ਪਾਇਆ, ਉਹਦੇ ਵਿੱਚ 2 ਚਮਚ ਮੈਂ ਦੇਸੀ ਘਿਓ ਦੇ ਪਾ ਲਏ ਨੇ, ਇਹਦੇ ਨਾਲ ਟੇਸਟ ਦਾ ਬਹੁਤ ਫਰਕ ਪੈ ਜਾਂਦਾ। 3-4 ਪਾਵਾਂਗੇ ਲੌਂਗ, 2 ਮੋਟੀਆਂ ਇਲਾਇਚੀਆਂ ਕਰਸ਼ ਕਰਕੇ, ਅਤੇ 3 ਛੋਟੀਆਂ ਇਲਾਇਚੀਆਂ ਕਰਸ਼ ਕਰਕੇ, ਅਤੇ ਨਾਲ ਪਾਵਾਂਗੇ 1 ਛੋਟਾ ਚਮਚ ਇੱਕ ਜੀਰੇ ਦਾ। ਲਓ ਜੀ, ਇਹਨੂੰ ਥੋੜ੍ਹਾ ਜਿਹਾ ਕਰ ਲਵਾਂਗੇ ਸੌਤੇ ਤਾਂ ਕਿ ਭੁੱਜ ਜਾਵੇ ਚੰਗੀ ਤਰ੍ਹਾਂ। ਉਸ ਤੋਂ ਬਾਅਦ ਪਾ ਦੇਵਾਂਗੇ ਆਪਾਂ ਪਿਆਜ਼ ਜਿਹੜੇ ਚੌਪ ਕੀਤੇ ਸੀਗੇ। ਪਿਆਜ਼ ਨੂੰ ਆਪਾਂ ਗੋਲਡਨ ਹੋਣ ਤੱਕ ਭੁੰਨਣਾ ਹੈ। ਪਿਆਜ਼ ਗੋਲਡਨ ਹੋ ਗਿਆ ਜੀ, ਹੁਣ ਇਹਦੇ ਵਿੱਚ ਜਿਹੜਾ ਆਪਾਂ ਮਸਾਲਾ ਕੁੱਟਿਆ ਸੀ ਕੁੰਡੇ ਡੰਡੇ ਦੇ ਵਿੱਚ ਉਹ ਪਾ ਦੇਵਾਂਗੇ। ਇਹਨੂੰ ਵੀ 2 ਮਿੰਟ ਲਈ ਆਪਾਂ ਭੁੰਨ ਲਵਾਂਗੇ ਤਾਂ ਕਿ ਇਹਦੀ ਜਿਹੜੀ ਸਮੈਲ ਆ, ਕੱਚਾਪਨ ਜਿਹੜੀ ਖਤਮ ਹੋ ਜਾਵੇ। ਅਤੇ ਹੁਣ ਆਪਾਂ ਪਾਵਾਂਗੇ ਸੁੱਕੇ ਮਸਾਲੇ, 1/2 ਚਮਚ ਨਮਕ ਪਾਇਆ, 1/2 ਚਮਚ ਹਲਦੀ ਦਾ, ਅਤੇ 1/2 ਤੋਂ ਥੋੜ੍ਹਾ ਘੱਟ ਲਾਲ ਮਿਰਚ ਪਾਊਡਰ ਪਾਇਆ ਰੈਗੂਲਰ, 1 ਚਮਚ ਭਰ ਕੇ ਪਾਇਆ ਧਨੀਆ ਪਾਊਡਰ। ਧਨੀਆ ਪਾਊਡਰ ਨਾਲ ਸਬਜ਼ੀ ਬਹੁਤ ਸਵਾਦ ਬਣਦੀ ਹੈ, ਅਤੇ ਨਾਲ 1/2 ਚਮਚ ਹੀ ਮੈਂ ਕਸ਼ਮੀਰੀ ਲਾਲ ਮਿਰਚ ਪਾਊਡਰ ਪਾਇਆ, ਇਹਦੇ ਨਾਲ ਕਲਰ ਜਿਹੜਾ ਬਹੁਤ ਵਧੀਆ ਬਣ ਜਾਂਦਾ। ਇਹਨੂੰ ਚੰਗੀ ਤਰ੍ਹਾਂ ਕਰ ਦੇਵਾਂਗੇ ਮਿਕਸ ਮਿਕਸ ਮਿਕਸ, ਅਤੇ ਨਾਲ ਹੀ ਪਾ ਦੇਵਾਂਗੇ ਥੋੜ੍ਹਾ ਜਿਹਾ ਪਾਣੀ ਤਾਂ ਕਿ ਮਸਾਲੇ ਜਲ ਨਾ ਜਾਣ। ਚੰਗੀ ਤਰ੍ਹਾਂ ਇਹਨੂੰ ਕਰ ਲਵਾਂਗੇ, ਭੁੰਨ ਲਵਾਂਗੇ 2-3 ਮਿੰਟ ਵਾਸਤੇ, ਅਤੇ ਨਾਲ ਹੀ ਪਾ ਦੇਵਾਂਗੇ ਆਪਾਂ ਟਮਾਟਰ। ਟਮਾਟਰ ਵੀ ਬਰੀਕ ਬਰੀਕ ਚੌਪ ਕਰ ਲਿਆ ਸੀ ਮੈਂ, 3 ਟਮਾਟਰ ਲਏ ਸੀਗੇ, 2 ਮੈਂ ਪਿਆਜ਼ ਲਏ ਸੀ, 3 ਟਮਾਟਰ, ਅਤੇ ਨਾਲ ਹੀ ਆਪਾਂ ਇਹਦੇ ਵਿੱਚ ਥੋੜ੍ਹਾ ਜਿਹਾ ਪਾਣੀ ਪਾ ਕੇ ਇਹਨੂੰ ਢੱਕ ਕੇ ਪਕਾਵਾਂਗੇ ਤਾਂ ਕਿ ਟਮਾਟਰ ਚੰਗੀ ਤਰ੍ਹਾਂ ਗਲ ਜਾਵੇ, ਮੈਸ਼ ਹੋ ਜਾਵੇ। ਇੱਥੇ ਫਲੇਮ ਤੁਸੀਂ ਸਲੋ ਰੱਖਣੀ ਆ। 5-6 ਮਿੰਟ ਬਾਅਦ ਦੇਖੋ ਟਮਾਟਰ ਆਪਣਾ ਗਲ ਚੁੱਕਿਆ ਆ, ਇਹਨੂੰ ਸਪੈਚੁਲਾ ਦੀ ਸਹਾਇਤਾ ਨਾਲ ਥੋੜ੍ਹਾ ਜਿਹਾ ਮੈਸ਼ ਕਰ ਦੇਵਾਂਗੇ ਚੰਗੀ ਤਰ੍ਹਾਂ। ਤੜਕੇ ਦੀ ਖੁਸ਼ਬੂ ਬਹੁਤ ਵਧੀਆ ਆ ਰਹੀ ਆ, ਟਮਾਟਰ ਪੂਰਾ ਪੱਕ ਚੁੱਕਿਆ। ਹੁਣ ਆਪਾਂ ਇਹਦੇ ਵਿੱਚ 2 ਚਮਚ ਦਹੀਂ ਦੇ ਪਾਵਾਂਗੇ,
जदों आपां दही पाउणा बिल्कुल फ्लेम स्लो होनी चाहीदी है। चंगी तरह इहनूं मिक्स कर देवांगे। तड़का बहुत वधिया बन रहा अपना। इत्थे 15-20 काजूआं नूं मैं 2 घंटे भिओ के उहनां दी पेस्ट बना ली सी, वह आपां पा देवांगे विच। इहदे नाल बहुत वधिया रिचनैस आउंदी है, बहुत टेस्टी बन के तैयार हुंदी सब्जी। तुसीं वी जरूर पायो। जे काजू ना होण तुसीं मगज वी पा सकदे हो, जे बदाम वी पा सकदे हो छिल ला के। 2-3 मिनट लई इहनूं भुन लैणा आ। सब कुछ चंगी तरह पक गया, देखो किन्ना वधिया तड़का अपना बन के तैयार हो गया जी। तड़के नूं आपां रख देवांगे साइड ते। ते हुण आपां लावांगे इक होर तड़का। इहदे वास्ते 2 टेबल स्पून पाया मैं बटर, नाल थोड़ा जिहा पा लिया तेल तां कि बटर सड़े ना। नाल आपां पा देवांगे इक लंबा लंबा कट्टिया होया स्लाइसड प्याज। इस प्याज दा क्रंच जिहड़ा सब्जी दे विच बहुत वधिया लगेगा। नाल ही आपां पा देणियां आ खुंबां। तुसीं वी इसे तरीके नाल बनायो, बहुत टेस्टी लगती है। डायरैक्ट भी आपां खुंबां पा सकते सी, उहदे विच मशरूम ऐड कर सकते सी, पर इस तरह एक क्रंचीनैस आउंदी है, क्रंच बहुत वधिया लगता। प्याज दा क्रंच भी ते मशरूम भी नाल थोड़ी जी भुन्नी जांदी है। इहदे विच पा देवांगे थोड़ी जी कश्मीरी लाल मिर्च ते थोड़ी जी हल्दी पावांगे। इहनूं चंगी तरह मिक्स करके इहनूं 3-4 मिनट लई आपां भुन्नांगे चंगी तरह। नाल मैं थोड़ा जिहा नमक भी पाया। नमक तुसीं ध्यान ना पायो क्योंकि आपां पहलां जिहड़ा मसाला कुट्टिया उहदे विच वी पाया सीगा ते तड़के च वी। मशरूम ते प्याज रोस्ट हो गए आ ते हुण आपां तड़के दे विच इहनूं मिक्स करांगे। ये जिहड़ा आपां दूसरा तड़का लाया आ इहदे नाल ते बिल्कुल सब्जी दा टेस्ट ही बदल जांदा, सब्जी दा टेस्ट बहुत इनहैंस हो जांदा। हुण आपां कर देवांगे मशरूम मिक्स विच। खुशबू तां सब्जी दी इन्नी कमाल दी आ रही है वी मैं तुहानूं की दसां। मेरी फिर तो रिक्वेस्ट आ कि मेरे चैनल में सपोर्ट करो, चैनल में सबसक्राइब करो, नाल लगता बैल बटन भी जरूर दबाओ, तो लाइक शेयर कमेंट भी जरूर करया करो। मैनू तुहाडी सपोर्ट की लोड़ आ, इसलिए ज़्यादा तो ज़्यादा वीडियो नू शेयर भी करया करो। सब्जी अपनी मिक्स हो गई जी, बहुत ही वधिया सब्जी बनी है। तुसी देख सकते हो इहदा कलर भी किन्ना सोहना बनिया आ। थोड़ी जी पा देवांगे रोस्टड कसूरी मेथी ते नाल थोड़ा धनिया ते नाल थोड़ा जिहा बिल्कुल अद्धे तो अद्धा चम्मच गरम मसाला। बहुत वधिया सब्जी बन के तैयार हुई है। इस सब्जी दे नाल तुसी नान परांठा जां चपाती कुछ भी खा सकते हो। ये नीरी च सब्जी नाल बटर नान बहुत ज़्यादा टेस्टी लगता है। 2-3 मिनट मैं सब्जी नूं फिर रखिया सीगा ढक के तां कि चंगी तरह खुंबां दे विच मसाला मिक्स हो जाए। हुण आपां देख लैणे टेस्ट। थोड़ा जिहा नमक घट सीगा, थोड़ा नमक पाता मैं। सब्जी बन के अपनी पूरी तैयार है। हुण आपां करांगे सर्व। तुसीं वी सब्जी जरूर बना के देखियो ते नाले मैनूं कमेंट करके दस्सियो कि तुहाडी किस तरह बणी। ते तुसीं मैनूं कमेंट करके भी दसना कि अगली रैसिपी तुसीं कीहड़ी देखना चाहुंदे हो, ते मैं तुहाडे लई उह ही पेश करांगी। होर भी वधिया तों वधिया रैसिपीज़ लै के आऊँगी। बस तुसीं मेरे चैनल नूं सपोर्ट करो, ठीक है जी। उपर पा लवांगे आपां थोड़ा देसी घिओ। देसी घिओ नाल हर चीज़ दा स्वाद वध जांदा आ, तुहानूं पता ही है सारिआं नूं। देखो देखण नूं किन्नी टेस्टी लग रही है, ते बनी भी बहुत ज़्यादा टेस्टी सी ये, क्योंकि मैं वॉइस ओवर बाद विच ही कर रही हाँ, ठीक है जी। तुसीं भी बनाओ, खाओ, बच्चों नूं खवाओ, टिफिन दे विच दिया करो बच्चों नूं। होटल रेस्टोरेंट भी जाण दी लोड़ नहीं इस सब्जी लई, घरे ही बनाओ। ओके जी, बाय, लव यू ऑल।